ਰੈਡੀ ਸੁਪਰੀਮ ਕੋਰਟ ਨੇ ਦੇਸ਼ ਦੀਆਂ ਵੱਖ-ਵੱਖ ਹਾਈ ਕੋਰਟਾਂ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਲਈ ਹੋਣ ਵਾਲੀ ਦੇਰੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ ਦੰਡੀ ਇਹ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਵੱਲੋਂ ਜੱਜਾਂ ਦੀਆਂ ਨਿਯੁਕਤੀਆਂ ਲਈ ਭੇਜੇ ਗਏ ਨਾਮਾ ਦੇ ਪੈਨਲ ਉੱਤੇ ਟਾਲਮਟੋਲ ਬਾਲੀ ਨੀਤੀ ਅਪਣਾ ਰਹੀ ਹੈ ਅਤੇ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲੈ ਸਕੀ ਡੰਡੀ ਬਿਨਾਂ ਸ਼ੱਕ ਬਿਨਾਂ ਕਾਰਨ ਹੋ ਰਹੀ ਇਸ ਦੇਰੀ ਲਈ ਸੁਪਰੀਮ ਕੋਰਟ ਦਾ ਨਾਰਾਜ਼ ਹੋਣਾ ਤਰਕਸੰਗਤ ਤੇ ਜ਼ਰੂਰੀ ਹੋ ਜਾਂਦਾ ਹੈ ਡੰਡੀ ਹਾਈ ਕੋਰਟਾਂ ਲਈ ਨਵੇਂ ਜੱਜਾਂ ਦੀ ਨਿਯੁਕਤੀ ਲਈ ਅਪਣਾਈ ਜਾਂਦੀ ਪ੍ਰਕਿਰਿਆ ਤਹਿਤ ਸੁਪਰੀਮ ਕੋਰਟ ਯੋਗਤਾ ਅਤੇ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਜੱਜਾਂ ਦੇ ਨਾਵਾਂ ਦਾ ਇੱਕ ਪੈਨਲ ਕੇਂਦਰ ਸਰਕਾਰ ਦੀ ਜਾਣਕਾਰੀ ਅਤੇ ਵਿਚਾਰ ਲਈ ਭੇਜਦਾ ਹੈ ਡੰਡੀ ਕੇਂਦਰ ਸਰਕਾਰ ਨੇ ਲੋੜੀ ਦੀ ਪਰਤਾਲ ਕਰਕੇ ਇਸ ਪੈਨਲ ਨੂੰ ਮੁੜ ਸੁਪਰੀਮ ਕੋਰਟ ਨੂੰ ਵਾਪਸ ਭੇਜਣਾ ਹੁੰਦਾ ਹੈ ਡੰਡੀ ਸੁਪਰੀਮ ਕੋਰਟ ਨੇ ਕੇਂਦਰ ਦੀ ਰਸਮੀ ਪ੍ਰਵਾਨਗੀ ਮਿਲਣ ਤੋਂ ਬਾਅਦ ਜੱਜਾਂ ਦੀਆਂ ਨਿਯੁਕਤੀਆਂ ਕਰਨੀਆਂ ਹੁੰਦੀਆਂ ਡੰਡੀ ਇਸ ਮਾਮਲੇ ਨੂੰ ਲੈ ਕੇ ਅਕਸਰ ਸਰਕਾਰ ਅਤੇ ਨਿਆਂ ਪ੍ਰਣਾਲੀ ਵਿਚਾਲੇ ਪਹਿਲਾਂ ਵੀ মতਪੇਦ ਉੱਬਰਦੇ ਰਹੇ ਹਨ ਪਰ ਇਸ ਵਾਰ ਉਪਜੇ মতਪੇਦ ਥੋੜਾ ਜਿਹਾ ਗੰਭੀਰ ਤੇ ਚਿੰਤਾਜਨਕ ਹੱਦ ਤੱਕ ਵੱਧ ਗਏ ਲੱਗਦੇ ਹਨ ਡੰਡੀ ਇਸੇ ਲਈ ਤਾਂ ਸੁਪਰੀਮ ਕੋਰਟ ਨੂੰ ਇਸ ਮੁੱਦੇ ਨੂੰ ਲੈ ਕੇ ਸਖਤ ਟਿੱਪਣੀਆਂ ਵੀ ਕਰਨੀਆਂ ਪਈਆਂ ਹਨ ਡੰਡੀ ਬਿਨਾਂ ਸ਼ੱਕ ਨਵੇਂ ਦੱਜਾਂ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਵੱਲੋਂ ਭੇਜੇ ਗਏ ਪੈਨਲ ਨੂੰ ਇਸ ਤਰ੍ਹਾਂ ਰੋਕ ਕੇ ਜਾਣ ਦਾ ਅਤੇ ਫਿਰ ਵਿਵਾਦ ਪੈਦਾ ਹੁਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਡੰਡੀ ਰੈਡੀ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਸੁਪਰੀਮ ਕੋਰਟ ਕੇਂਦਰ ਸਰਕਾਰ ਵੱਲੋਂ ਜੱਜਾਂ ਦੇ ਨਾਵਾਂ ਦੀ ਨਿਯੁਕਤੀ ਅਤੇ ਕਾਲਜੀਅਮ ਉੱਤੇ ਆਧਾਰਿਤ ਜੱਜਾਂ ਦੀ ਨਿਯੁਕਤੀ ਦੀ ਵਿਵਸਥਾ ਨੂੰ ਬਦਲਣ ਦੇ विरुद्ध बी ਆਪਣਾ ਫੈਸਲਾ ਸੁਨਾ ਚੁੱਕੀ ਹੈ ਡੰਡੀ ਅਦਾਲਤ ਦੀ ਇਹ ਟਿੱਪਣੀ ਆਪਣੇ ਆਪ ਵਿੱਚ ਵੀ ਕਾਫੀ ਅਹਿਮ ਹੋ ਜਾਂਦੀ ਹੈ ਕਿ ਨਾਮਾ ਦੇ ਪੈਨਲ ਨੂੰ ਰੋਕਣਾ ਸੁਪਰੀਮ ਕੋਰਟ ਦੁਆਰਾ ਭੇਜੇ ਗਏ ਨਾਮਾ ਨੂੰ ਵਾਪਸ ਲੈਣ ਲਈ ਉਸ ਉੱਤੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਹੁੰਦੀ ਹੈ ਡੰਡੀ ਜੱਜਾਂ ਦੀ ਬੈਚ ਨੇ ਕੇਂਦਰ ਸਰਕਾਰ ਦੇ ਇਸ ਰਵੱਈਏ ਨੂੰ ਨਾ ਮੰਜ਼ੂਰ ਕਰਾਰ ਦਿੰਦਿਆਂ ਹੋਇਆਂ ਇਸ ਤਰ੍ਹਾਂ ਦੀ ਅਸਹਿਣਯੋਗ ਕਾਰਵਾਈ ਦਾ ਬਾਕਾਇਦਾ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ ਡੰਡੀ ਇਹ ਵੀ ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਸਾਲ 20 ਅਪ੍ਰੈਲ ਨੂੰ ਇਸ ਕੰਮ ਲਈ ਇੱਕ ਸਮਾਂ ਹੱਦ ਤੈ ਕੀਤੀ ਸੀ ਪਰ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਇਸ ਮਾਮਲੇ ਨੂੰ ਲੈ ਕੇ ਢਿੱਲ ਮੱਠ ਬਾਲਾ ਬਤੀਰਾ અપਨਾਏ ਜਾਣ ਤੋਂ ਨਾਰਾਜ਼ ਹੋ ਕੇ ਸੁਪਰੀਮ ਕੋਰਟ ਦਾ ਕੋਈ ਨਾ ਪਸੰਦ ਤੇ ਉਲਟ ਟਿੱਪਣੀ ਕਰਨਾ ਬਹੁਤ ਸੰਭਾਵਿਕ ਬਣ ਜਾਂਦਾ ਹੈ ਡੰਡੀ ਅਦਾਲਤ ਨੇ ਸਰਕਾਰ ਦੇ ਇਸ ਰਵੱਈਏ ਨੂੰ ਨਿਆਂਇਕ ਪ੍ਰਕਿਰਿਆ ਤੇ ਨਿਆਪਾਲਕਾ ਦੀ ਆਜ਼ਾਦੀ ਦੇ ਸਿਧਾਂਤ ਲਈ ਨੁਕਸਾਨ ਦੇ ਕਰਾਰ ਦਿੱਤਾ ਹੈ ਦੰਡੀ ਸੁਪਰੀਮ ਕੋਰਟ ਵੱਲੋਂ ਭੇਜੇ ਗਏ ਇਸ ਪੈਨਲ ਵਿੱਚ 11 ਜੱਜਾਂ ਦੇ ਨਾਂ ਹਨ ਜਿਨ੍ਹਾਂ ਉੱਤੇ ਅਜੇ ਤੱਕ ਕੋਈ ਫੈਸਲਾ ਨਾ ਲਏ ਜਾਣ ਨਾਲ ਜਿੱਥੇ ਨਵੇਂ ਜੱਜਾਂ ਦੀਆਂ ਨਿਯੁਕਤੀਆਂ ਦੇ ਕੰਮ ਵਿੱਚ ਬਿਨਾਂ ਕਾਰਨ ਅਤੇ ਗੈਰ ਜ਼ਰੂਰੀ ਦੇਰੀ ਹੋ ਰਹੀ ਹੈ ਉੱਥੇ ਆਮ ਲੋਕਾਂ ਨੂੰ ਨਿਯਾਮਹੀਆ ਕਰਵਾਉਣ ਦੀ ਪ੍ਰਕਿਰਿਆ ਵਿੱਚ ਵੀ ਰੁਕਾਵਟ ਪੈਂਦੀ ਹੈ ਡੰਡੀ